ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਜਸਟਿਨ ਟਰੂਡੋ ਦੀ ਪਾਰਟੀ ਨੂੰ ਸਮਰਥਨ ਦੇਣ ਵਾਲੇ ਐਨਡੀਪੀ ਨੇ ਆਪਣਾ ਗੱਠਜੋੜ ਤੋੜ ਦਿੱਤਾ, ਯਾਨੀ ਕਿ ਸਮਰਥਨ ਵਾਪਸ ਲੈ ਲਿਆ। ਐਨਡੀਪੀ ਦੇ ਆਗੂ ਤੇ ਸਿੱਖ ਲੀਡਰ ਜਗਮੀਤ ਸਿੰਘ ਨੇ ਇਸ ਦਾ ਐਲਾਨ ਕੀਤਾ। ਸੋਸ਼ਲ ਮੀਡੀਆ ਤੇ ਜਾਰੀ ਇੱਕ ਬਿਆਨ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ, ਲਿਬਰਲਸ ਪਾਰਟੀ ਕੈਨੇਡਾ ਦੇ ਨਾਗਰਿਕਾਂ ਦੀ ਲੜਾਈ ਲੜਨ ਲਈ ਬਹੁਤ ਕਮਜ਼ੋਰ ਤੇ ਸਵਾਰਥੀ ਹੈ। ਲਿਬਰਲਸ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਉਹ ਕੈਨੇਡਾ ਦੇ ਨਾਗਰਿਕਾਂ ਤੋਂ ਇੱਕ ਹੋਰ ਮੌਕਾ ਲੈਣ ਦੇ ਹੱਕਦਾਰ ਨਹੀਂ ਨੇ। ਇਹ ਕਾਰਨ ਦੱਸਦੇ ਹੋਏ ਜਗਮੀਤ ਸਿੰਘ ਨੇ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈ ਲਿਆ। ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵਿਚਾਲੇ ਮਾਰਚ 2022 'ਚ ਸਮਝੌਤਾ ਹੋਇਆ ਸੀ ਕਿ ਲਿਬਰਲ ਸੰਸਦ 'ਚ ਐਨਡੀਪੀ ਦੇ ਪ੍ਰਮੁੱਖ ਮੁੱਦਿਆਂ 'ਤੇ ਪਾਰਟੀ ਸਮਰਥਨ ਕਰੇਗੀ। ਇਹ ਸਮਝੌਤਾ ਗੱਠਜੋੜ ਤੋਂ ਵੱਖਰਾ ਹੋ ਕੇ ਸੱਤਾ 'ਚ ਪਾਰਟੀਆਂ ਦੀ ਬਰਾਬਰ ਤਾਕਤ ਦਾ ਸੀ। ਟਰੂਡੋ ਦੀ ਲਿਬਰਲਸ ਪਾਰਟੀ ਪਿਛਲੀਆਂ ਦੋਵੇਂ ਚੋਣਾਂ 'ਚ ਬਹੁਮਤ ਹਾਸਲ ਕਰਨ 'ਚ ਅਸਫਲ ਰਹੀ ਸੀ, ਜਿਸ ਕਾਰਨ ਐਨਡੀਪੀ ਨੇ ਸਮਰਥਨ ਨਾਲ ਹੀ ਟਰੂਡੋ ਦੀ ਸਰਕਾਰ ਬਣੀ ਸੀ। ਦੱਸ ਦਈਏ ਕਿ ਜਗਮੀਤ ਸਿੰਘ ਐਨਡੀਪੀ ਦੇ ਮੁਖੀ ਅਤੇ ਕੈਨੇਡਾ ਦੇ ਸੰਸਦ ਮੈਂਬਰ ਹਨ। ਜਗਮੀਤ ਸਿੰਘ ਘੱਟ ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੁਖੀ ਬਣਿਆ। ਜਗਮੀਤ ਸਿੰਘ ਭਾਰਤ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ ਅਤੇ ਹੁਣ ਟਰੂਡੋ ਸਰਕਾਰ ਤੋਂ ਜਗਮੀਤ ਸਿੰਘ ਨੇ ਆਪਣਾ ਸਮਰਥਨ ਵਾਪਸ ਲੈ ਲਿਆ। ਹੁਣ ਦੇਖਣਾ ਹੋਵੇਗਾ ਇਸ ਦਾ ਅਸਰ ਟਰੂਡੋ ਸਰਕਾਰ 'ਤੇ ਕਿੰਨਾ ਪੈਂਦਾ ਹੈ ਅਤੇ ਆਉਣ ਵਾਲੀਆਂ ਅਗਲੀਆਂ ਚੋਣਾਂ ਦੇ ਵਿੱਚ ਕੀ ਕੁਝ ਲਿਬਰਲਸ ਪਾਰਟੀ ਕਰ ਪਾਉਂਦੀ ਹੈ। ਤੁਹਾਡਾ ਕੀ ਕੁਝ ਕਹਿਣਾ ਇਸ ਖਬਰ 'ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।